ਤੁਸੀਂ ਸੀਐਮ ਤੇ ਆਓਗੇ ਹਟਦੇ ਨਹੀਂ ਦੇਖੋ ਉਹਦੇ ਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਇਹ ਹੈ ਕਿ ਇੱਕ ਨਿੱਜੀ ਕਿਸੇ ਦੀ ਆਜ਼ਾਦੀ ਦਾ ਵੀ ਸਵਾਲ ਆ ਜਾਂਦਾ ਕਲਾਕਾਰ ਕੋਲ ਕਹਿੰਦਾ ਜੀ ਕਿ ਮੈਂ ਇੱਕ ਤਾਂ ਸਰੋਤੇ ਸੁਣਨਾ ਚਾਹੁੰਦੇ ਆ ਮੈਂ ਉਹ ਗਾ ਰਿਹਾ ਦੂਸਰਾ ਹਰ ਇੱਕ ਦੀ ਇੱਕ ਆਜ਼ਾਦੀ ਉਹ ਕਹਿੰਦਾ ਮੈਂ ਗਾਉਣਾ ਚਾਹੁੰਦਾ ਹੈਗਾ ਤਾਂ ਮੈਨੂੰ ਆਜ਼ਾਦੀ ਹੈ ਜੇ ਮੈਨੂੰ ਸੈਂਸਰ ਬੋਰਡ ਗਾਇਕੀ ਦਾ ਜਾਂ ਜੋ ਵੀ ਇਹ ਮੇਰੀ ਇੱਛਾ ਕਿ ਲੋਕ ਮੈਨੂੰ ਮੇਰੇ ਚਾਹੁਣ ਵਾਲੇ ਵੀ ਤੋਂ ਚਾਹੁੰਦੇ ਮੈਂ ਗਾਵਾਂ ਪਰ ਮੈਂ ਇਹ ਸਮਝਦਾ ਕਿ ਜਿਵੇਂ ਮੈਂ ਕਿਹਾ ਮੇਰਾ ਜ਼ਿੰਦਗੀ ਦਾ ਇਹ ਅਸੂਲ ਰਿਹਾ ਮੈਂ ਹੋਰ ਕਿਸੇ ਬਾਰੇ ਕਹਿ ਨਹੀਂ ਸਕਦਾ ਮੇਰਾ ਇਹ ਜ਼ਿੰਦਗੀ ਦਾ ਰਿਹਾ ਅਸੂਲ ਕਿ ਕਲਾਕਾਰ ਦੀ ਇੱਕ ਇਹ ਪ੍ਰੋਫੈਸ਼ਨ ਦੇ ਵਿੱਚ ਕਰਦਿਆਂ ਜਿਵੇਂ ਮੀਡੀਆ ਹੋਰ ਸਾਰੀ ਆਪਣੇ ਅਦਾਰਿਆਂ ਦੀ ਕਿ ਆਪਾਂ ਸਮਾਜ ਨੂੰ ਇੱਕ ਰੈਪ੍ਰਜੈਂਟ ਕਰ ਰਹੇ ਹਾਂ ਆਪਾਂ ਸਮਾਜ ਦਾ ਇੱਕ ਸ਼ੀਸ਼ਾ ਕਲਾ ਵੀ ਆ ਅਤੇ ਮੀਡੀਆ ਵੀ ਅਤੇ ਆਪਣਾ ਇਹ ਫਰਜ਼ ਬਣਦਾ ਕਿ ਸਮਾਜਿਕ ਜਿਹੜੀ ਸਮਾਜ ਨੂੰ ਥੋੜ੍ਹੀ ਬਹੁਤੀ ਸੇਧ ਦੇਵੇ ਚੰਗੀ ਗੱਲ ਹੋਵੇ ਉਹ ਸਾਡੀ ਇੱਕ ਜ਼ਿੰਮੇਵਾਰੀ ਆ ਤਾਂ ਮੈਂ ਹਮੇਸ਼ਾ ਉਹ ਆਪਣੀਆਂ ਗਾਣਿਆਂ ਫਿਲਮਾਂ ਦੇ ਵਿੱਚ ਸਮਝੀ ਆ ਕਿ ਇਹ ਮੈਨੂੰ ਨਿਭਾਉਣੀ ਚਾਹੀਦੀ ਆ ਬਾਕੀ ਕੋਈ ਕੀ ਰਹਿ ਰੱਖਦਾ ਕੀ ਨਹੀਂ ਰੱਖਦਾ ਉਹ ਜਿਵੇਂ ਕਹਿੰਦੇ ਨਾ ਵੀ ਸਿਆਣੇ ਆਪਣੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਤਾਂ ਮੈਂ ਉਹਦਾ ਜ਼ਿੰਮੇਵਾਰ ਹਾਂ ਪਰ ਮੈਂ ਸਮਝਦਾ ਜੇ ਸਰਕਾਰ ਕੋਸ਼ਿਸ਼ ਕਰੇ ਉਹਨਾਂ ਬੱਚਿਆਂ ਨੂੰ ਸਮਝਾਵੇ ਸਾਡੇ ਗਾਉਣ ਵਾਲੇ ਵੀਰਾਂ ਨੂੰ ਕਲਾਕਾਰ ਬਰਾਦਰੀ ਦਾ ਇਹ ਮੁੱਖ ਮੰਤਰੀ ਬਣਿਆ ਜੀ ਅੱਜ ਅਤੇ ਇਦੋਂ ਵੱਧ ਕਲਾਕਾਰ ਜੀ ਦੇ ਖੇਤਰ ਨੂੰ ਉਹਨਾਂ ਤੋਂ ਵੱਧ ਕੌਣ ਸਮਝ ਸਕਦਾ ਜੀ ਅਤੇ ਇੱਕ ਚੰਗਾ ਹੋ ਇਨੀਸ਼ੀਏਟਿਵ ਇਹ ਮੇਰੇ ਖਿਆਲ ਪਿਆਰ ਨਾਲ ਸਮਝਾਇਆ ਜਾਵੇ ਲੋਕਾਂ ਨੂੰ ਵੀ ਇਹ ਚੀਜ਼ ਸਾਡੇ ਯੂਥ ਨੂੰ ਵੀ ਮਾਪਿਆਂ ਦਾ ਵੀ ਫਰਜ਼ ਬਣਦਾ ਘਰੇ ਤਾਂ ਫੋਨ ਟੀਵੀਆਂ ਦੇ ਮਾਪਿਆਂ ਦੇ ਸਾਹਮਣੇ ਚੱਲਦੇ ਆ ਨਾ ਜੇ ਉੱਥੇ ਕੋਈ ਜ਼ਬਰ ਤਾਂ ਮੈਂ ਅਕਸਰ ਕਹਿੰਦਾ ਹੁੰਦਾ ਮੈਂ ਸਾਰੀ ਉਮਰ ਮੀਡੀਆ ਤੋਂ 30 ਸਾਲਾਂ 'ਚ ਇਹ ਸਵਾਲ ਸੁਣਿਆ ਜੀ ਐਡੇ ਆਉਂਦੇ ਆ ਗਲਤ ਗਾਣੇ ਆਉਂਦੇ ਆ ਜੀ ਤੁਸੀਂ ਕੀ ਕਹੋਗੇ ਮੈਂ ਕਹਿੰਦਾ ਕਿ ਚਲੋ ਬਾਹਰ ਮੰਨ ਲਿਆ ਕਿ ਟੀ ਵੀ 'ਤੇ ਕੀ ਚੱਲ ਰਿਹਾ ਮੇਰਾ ਜ਼ੋਰ ਨਹੀਂ ਕੋਈ ਕਿਸੇ ਜਾਂਦੇ ਹੋ ਮਾਰਕੀਟ 'ਚ ਗਾਣਾ ਲੱਗਿਆ ਮੇਰਾ ਜ਼ੋਰ ਨਹੀਂ ਜੀ ਹੁਣ ਸਾਡੇ ਘਰ ਵਿਆਹ ਸ਼ਾਦੀਆਂ ਉੱਥੇ ਤਾਂ ਸਾਡੀਆਂ ਚਾਚੀਆਂ ਮਾਸੀਆਂ ਭੂਆ ਸਾਡੀਆਂ ਬਹੂ ਬੇਟੀਆਂ ਸਾਡੇ ਪਰਿਵਾਰ ਤੋਂ ਹੋਰ ਵੀ ਬਾਹਰਲਾ ਸੱਦਾ ਤਾਂ ਨੇ ਜੀ ਅਤੇ ਉੱਥੇ ਫਿਰ ਕੀ ਵੱਜਦਾ ਡੀ ਜਾ ਅਤੇ ਉੱਥੇ ਤੁਸੀਂ ਕਿੰਨੇ ਕੁ ਰੋਕਦੇ ਹੋ ਜਾ ਕੇ ਵੀ ਸਾਡੇ ਘਰ ਪਰਿਵਾਰ ਚਾਹ ਨਹੀਂ ਚਲਾਉਣਾ ਯਾਰ ਸੋ ਇਹ ਸਭ ਦੀ ਜ਼ਿੰਮੇਵਾਰੀ ਹੈ ਜੀ ਜਦ ਸਾਰੇ ਅਸੀਂ ਸਮਝਾਂਗੇ ਕਿ ਇਹ ਗਾਣੇ ਸਾਈਕੋਲੋਜੀਕਲੀ ਸਾਡੇ ਬੱਚਿਆਂ 'ਤੇ ਅਸਰ ਪਾ ਰਹੇ ਆ ਨਹੀਂ ਠੀਕ ਅਤੇ ਉਦੋਂ ਮੇਰਾ ਖਿਆਲ ਜਦੋਂ ਤੁਸੀਂ ਰੋਕੋਗੇ ਤੁਸੀਂ ਚਾਰ ਜਗ੍ਹਾ ਮੀਡੀਆ ਜਿਹੜਾ ਸਿੰਗਰ ਆ ਉਹਨਾਂ ਨੂੰ ਘੇਰ ਕੇ ਸਵਾਲ ਕਰੋ ਹੈ ਨਾ ਜੀ ਅਤੇ ਸੁਖਮਿੰਦਰ ਦਾ ਰਲ ਕੇ ਸਾਰੇ ਇੱਕ ਕਲੈਕਟਿਵ ਐਫਰਟ ਹੋਣ ਤਾਂ ਸਾਰਾ ਅੱਛਾ ਹੋ ਸਕਦਾ ਸਾਡੇ ਉਹ ਵੀ ਪੁਰਾਣੇ ਖੂਬਸੂਰਤ ਜਿਹੜਾ ਫੋਕ ਆ ਉਹ ਫਿਰ ਉਹ ਮੈਨੂੰ ਪਤਾ ਨਹੀਂ ਮੈਂ ਗੌਰਮੈਂਟ ਤੁਹਾਨੂੰ ਨਾਰਾਜ਼ ਕਰਕੇ ਨਹੀਂ ਤੋੜਨਾ ਮੈਂ ਹੁਣ ਸੀਐਮ ਸਾਹਿਬ ਬਾਰੇ ਮੈਥੋਂ ਖੁੱਲ੍ਹਾ ਸੁਣ ਲਓ ਮੈਂ ਸਟਾਰ ਬਣਿਆ ਇੱਥੇ ਜਲੰਧਰ ਦੂਰਦਰਸ਼ਨ ਆ ਉਹਨੂੰ ਅੱਜ ਵੀ ਮੱਥਾ ਟੇਕ ਕੇ ਲੱਗੇ ਆ ਜੀ ਮੇਰਾ ਉੱਥੇ ਗਾਣਾ ਆਇਆ 1992 ਦੇ ਵਿੱਚ ਨਵੰਬਰ 1992 'ਚ ਚਿੱਠੀਏ ਨਹੀਂ ਚਿੱਠੀਏ ਅਤੇ ਜਿਹੜੀ ਮੇਰੀ ਐਲਬਮ 2 ਸਾਲਾਂ ਦੀ ਤਿਆਰ ਹੋਈ ਪਈ ਸੀ ਕੰਪਨੀ ਰਿਲੀਜ਼ ਨਹੀਂ ਕਰ ਰਹੀ ਸੀ ਕਿ ਉਸ ਤੋਂ ਪਹਿਲਾਂ ਮੇਰੀ ਐਲਬਮ ਫਲੋਪ ਹੋ ਗਈ ਸੀ ਉਹ ਗਾਣਾ ਆਇਆ ਤੋਂ ਐਲਬਮ ਕੰਪਨੀ ਨੂੰ ਰਿਲੀਜ਼ ਕੀਤੀ ਅਤੇ ਮੈਂ ਸਟਾਰ ਬਣ ਗਿਆ ਮੈਥੋਂ 6 ਮਹੀਨੇ ਪਹਿਲਾਂ ਜਿਹੜਾ ਸਟਾਰ ਉਹ ਸਾਡੇ ਸੀਐਮ ਸਾਹਿਬ ਬਣ ਗਏ ਸੀ ਇਹਨਾਂ ਦੀ ਐਲਬਮ ਆਈ ਸੀ ਮੈਥੋਂ 6 ਮੈਥੋਂ ਉਮਰ 'ਚ ਛੋਟੇ ਆ ਐਲਬਮ ਮੈਥੋਂ ਪਹਿਲਾਂ ਆਈ ਸੀ ਕੁਲਫੀ ਗਰਮਾ ਗਰਮ ਅਤੇ ਉਸ ਤੋਂ ਬਾਅਦ ਕਿਉਂਕਿ ਸਾਰੀ ਉਮਰ ਜਿੰਨੀ ਦੇਰ ਉਹਨਾਂ ਨੇ ਕਲਾ ਦੇ ਖੇਤਰ ਵਿੱਚ ਰਹੇ ਭਗਵੰਤ ਮਾਨ ਉਹਨਾਂ ਦੀ ਕੌਮਡੀ ਜਿਹੜੀ ਹਮੇਸ਼ਾ ਕੋਈ ਡਬਲ ਮੀਨਿੰਗ ਨਹੀਂ ਸੀ ਸਾਫ਼ ਸੁਥਰੀ ਕੌਮਡੀ ਸੀ ਮੇਰੀ ਗਾਇਕੀ ਉਸ ਤਰ੍ਹਾਂ ਦੀ ਸੀ ਅਤੇ ਇਸ ਕਰਕੇ ਮਜੋਰਟੀ ਲਾਈਫ ਦੇ ਵਿੱਚ ਜਿਹੜੇ ਪ੍ਰੋਗਰਾਮ ਅਸੀਂ ਇਕੱਠਿਆਂ ਨੇ ਕੀਤੇ ਮਜੋਰਟੀ ਜਿਹੜੇ ਟੂਰ ਬਾਹਰਲੇ ਮੁਲਕਾਂ ਦੇ ਪਹਿਲੀ ਦਫ਼ਾ ਤੋਂ ਲੈ ਕੇ 4-5 ਦਫ਼ਾ ਅਸੀਂ ਇਕੱਠਿਆਂ ਨੇ ਪੂਰੀ ਦੁਨੀਆ ਦੇ ਵਿੱਚ ਟੂਰ ਕੀਤੇ ਗਾਇਕ ਅਤੇ ਕਮੇਡੀਅਨ ਦੇ ਤੌਰ 'ਤੇ ਸੋ ਇੱਕ ਬੰਦੇ ਨੂੰ ਤੁਸੀਂ ਇੱਕ ਪਰਸਨ ਜਿਹਦੇ ਨਾਲ 15-18 ਸਾਲ ਤੁਸੀਂ ਦੋਸਤਾਂ ਵਾਂਗ ਦਿਨ ਰਾਤ ਇਕੱਠੇ ਗੁਜ਼ਾਰੇ ਹੋਣ ਮੈਂ ਜਿੰਨਾ ਕੁ ਨਿੱਜੀ ਤੌਰ 'ਤੇ ਜਾਣਦਾ ਇਹ ਮੈਂ ਯਕੀਨਨ ਕਹਿ ਸਕਦਾ ਕਿ ਭਗਵੰਤ ਮਾਨ ਹੋਰੀ ਇੱਕ ਆਮ ਘਰ 'ਚੋਂ ਉੱਠ ਕੇ ਗਏ ਆ ਔਰ ਉਹ ਕਲਾਕਾਰ ਜਿਹੜਾ ਸਮਾਜ ਦੇ ਬਹੁਤ ਨੇੜੇ ਸੀ ਉਹਦੀਆਂ ਐਲਬਮਸ ਦੇ ਵਿੱਚ ਸਾਰੀ ਕੌਮਡੀ ਸਰਕਾਰਾਂ ਅਤੇ ਮਾੜੇ ਸਿਸਟਮ 'ਤੇ ਸੀ ਅਤੇ ਇਹ ਇੱਕ ਗੱਲ ਮੈਂ ਜ਼ਰੂਰ ਅੱਜ ਕਹਿ ਸਕਦਾ ਕਿ ਮੈਨੂੰ ਭਗਵੰਤ ਉਹਨਾਂ ਦੀ ਨੀਅਤ 'ਤੇ ਪੂਰਾ ਸ਼ੱਕ ਨਹੀਂ ਮੇਰੇ ਮੰਨਣਾ ਮੈਨੂੰ ਲੱਗ ਰਿਹਾ ਕਿ ਭਗਵੰਤ ਅੱਛੇ ਦਿਲੋਂ ਸੱਚੀ ਨੀਅਤ ਨਾਲ ਕੁਛ ਕਰਨਾ ਚਾਹੁੰਦਾ ਚੰਗਾ ਕਰਨਾ ਚਾਹੁੰਦਾ ਹੁਣ ਉਹਦੇ ਵਿੱਚ ਹਾਲਾਤ ਤੁਹਾਨੂੰ ਇੱਥੇ ਬੈਠਿਆਂ ਨੂੰ ਇਹ ਮੇਰੀ ਕੁਰਸੀ ਅਲੱਗ ਨਜ਼ਰ ਆਉਂਦੀ ਹੈ ਮੈਨੂੰ ਇੱਥੇ ਬੈਠੇ ਨੂੰ ਇਹ ਅਲੱਗ ਸਾਹਮਣੇ ਨਜ਼ਰ ਆ ਰਿਹਾ ਪੰਜਾਬ ਦੀਆਂ ਬਹੁਤ ਸਮੱਸਿਆਵਾਂ ਨੇ ਜਿਹੜੀਆਂ ਪਹਾੜ ਜਿੱਡਾ ਸਮੱਸਿਆ ਉੱਡੀਆਂ ਵੱਡੀਆਂ ਨੇ ਮੂੰਹ ਟੱਡੀ ਖੜੀਆਂ ਸਾਹਮਣੇ ਗਾਇਕੀ ਤੋਂ ਪਹਿਲਾਂ ਕਲਾ ਦੇ ਖੇਤਰ ਤੋਂ ਪਹਿਲਾਂ ਉਹਨਾਂ ਦੀਆਂ ਹੋਰ ਬਹੁਤ ਸਮੱਸਿਆਵਾਂ ਜਿਹੜੀਆਂ ਹੱਲ ਕਰਨੀਆਂ ਅਤੇ ਮੈਂ ਇਹ ਆਸ ਕਰੂੰ ਕਿ ਵਾਕਈ ਜਿਵੇਂ ਕੁਛ ਦਿਨ ਪਹਿਲਾਂ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ
मैं चाहना पंजाब का यूथ बाहर ना जाना पवे, इतने नौकरियां देवे यूथ न, उन्होंने सही अपॉर्चुनिटीज इतने देवे। तो मेरी यह अरदास है, मेरी यह कामना एक दोस्त के लिए जिहड़ा एक बहुत चंगा इंसान, बहुत कमिटड आपके काम में, तो जिन्हों पंजाबियों ने एडा वड्डा साउथ दे विच सुनिया सी कि कलाकार फिल्म एक्टर मुख्यमंत्री बने, पंजाब विच इतिहास पहली बार होया। तो मैं आस करता कि वह लोगों को नाराज नहीं करनगे, तो जिहड़ियां साढ़े यूथ जो असी मापे चाहते हैं बच्चों इतने काम कर पढ़ लिख के इन्ना पैसा खर्च के कि उन्होंने कोई फ्यूचर नज़र आता। सहज जी ठीक है।